ਵਿਦੇਸ਼ ਦੇ ਵਿੱਚ ਰਹਿੰਦੇ ਮਾਂ ਪੁੱਤ ਨੇ ਜਦੋਂ ਸੋਚਿਆ ਕਿ ਉਹ ਆਪਣੇ ਪੰਜਾਬ ਜਾ ਕੇ ਨਵਾਂ ਸਾਲ ਮਨਾਉਣਗੇ ਅਤੇ ਨਵੇਂ ਸਾਲ ਤੋਂ ਪਹਿਲਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਤਾਂ ਉਸੇ ਸਮੇਂ ਹੀ ਉਹ ਖੁਸ਼ੀ ਖੁਸ਼ੀ ਹੱਸਦੇ ਖੇਡਦੇ ਗੱਲਾਂ ਕਰ ਰਹੇ ਹੁੰਦੇ ਨੇ ਕਿ ਅਚਾਨਕ ਹੀ ਸਕੂਟੀ ਲੈ ਕੇ ਗੇੜੀ ਮਾਰਨ ਨਿਕਲਦੇ ਨੇ। ਇਹ ਗੇੜੀ ਮਾਰਨਾ ਉਹਨਾਂ ਨੂੰ ਇੰਨਾ ਭਾਰੀ ਪੈ ਗਿਆ ਕਿ ਇਸ ਦੇ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਉਜੜ ਗਿਆ। ਪਤਾ ਲੱਗਿਆ ਕਿ ਵਿਦੇਸ਼ ਤੋਂ ਆਏ ਮਾਂ ਪੁੱਤ ਦੋਹਾਂ ਦੀ ਜਾਨ ਇੱਕ ਸੜਕ ਹਾਦਸੇ ਦੇ ਵਿੱਚ ਚਲੀ ਗਈ। ਐਕਟਿਵਾ ਅਤੇ ਮੋਟਰਸਾਈਕਲ ਦੀ ਇਹੋ ਜਿਹੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ ਆਹਮੋ ਸਾਹਮਣੇ ਸਿੱਧੀ ਟੱਕਰ ਦੇ ਵਿੱਚ ਮਾਂ ਪੁੱਤ ਨੇ ਆਪਣੀ ਜਾਨ ਗਵਾ ਦਿੱਤੀ, ਜਦੋਂ ਕਿ ਇੱਕ ਹੋਰ ਵਿਅਕਤੀ ਗੰਭੀਰ ਹਾਲਤ ਦੇ ਵਿੱਚ DMC ਰੈਫਰ ਕਰ ਦਿੱਤਾ ਗਿਆ। ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਆਖਿਰਕਾਰ ਰੰਧਾਵਾ ਫੈਮਿਲੀ ਦੇ ਨਾਲ ਸੰਬੰਧਿਤ ਇਹ ਮਾਂ ਪੁੱਤ ਰਿਸ਼ਤੇਦਾਰੀ ਦੇ ਵਿੱਚ ਆਏ ਹੋਏ ਸਨ ਅਤੇ ਇਸ ਤੋਂ ਬਾਅਦ ਐਕਟਿਵਾ ਲੈ ਕੇ ਜਦੋਂ ਨਿਕਲਦੇ ਨੇ ਤਾਂ ਸੜਕ 'ਤੇ ਚੜ੍ਹਦੇ ਸਾਰ ਹੀ ਮੋਟਰਸਾਈਕਲ ਦੀ ਤੇਜ਼ ਰਫ਼ਤਾਰ ਹੋਣ ਕਾਰਨ ਇਹਨਾਂ ਦੇ ਵਿੱਚ ਉਹ ਟੱਕਰ ਮਾਰ ਦਿੰਦਾ, ਜਿਸ ਦੇ ਚੱਲਦੇ ਹੋਏ ਦੋਹਾਂ ਦੀ ਜਾਨ ਚਲੀ ਗਈ। ਨਵੇਂ ਸਾਲ ਤੋਂ ਪਹਿਲਾਂ ਹੀ ਇਹ ਪਰਿਵਾਰ ਉਜੜ ਗਿਆ। ਵਿਦੇਸ਼ ਦੇ ਵਿੱਚ ਰਹਿੰਦੇ ਮਾਂ ਪੁੱਤ ਇੱਥੇ ਖੁਸ਼ੀਆਂ ਲੱਭਣ ਦੇ ਲਈ ਆਏ ਸੀ ਪਰ ਉਹਨਾਂ ਦਾ ਸਭ ਕੁਝ ਗਵਾਚਿਆ ਗਿਆ। ਦੱਸ ਦਈਏ ਕਿ ਇਹ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਮੌਕੇ 'ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਭਿਆਨਕ ਹਾਦਸਾ ਕਿਵੇਂ ਵਾਪਰਿਆ। ਅਮਰਜੀਤ ਸਿੰਘ ਜੀ, ਕਿਹੜੀ ਜਗ੍ਹਾ ਦੁਕਾਨ ਆਪਣੀ? ਆਹ ਨਾਲ ਹੀ ਹੈ ਜੀ, ਸਾਹਮਣੇ ਦਿੱਲੀ ਫਰਨੀਚਰ। ਠੀਕ ਹੈ ਜੀ। ਰਾਤੀ ਇੱਕ ਐਕਸੀਡੈਂਟ ਹੋਇਆ ਜੀ, ਬੜਾ ਖਤਰਨਾਕ, ਅਤੇ ਮੌਕਾ ਵੀ ਹੋਇਆ ਹਾਦਸੇ ਦੇ ਵਿੱਚ। ਕੀ ਤੁਹਾਡੇ ਸਾਹਮਣੇ ਹੋਇਆ ਸੀਗਾ ਜੀ ਹਾਦਸਾ? ਇਹ ਜੀ, ਅਸੀਂ ਅੰਦਰ ਬੈਠੇ ਸੀ, ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਅਤੇ ਅਸੀਂ ਦੌੜ ਕੇ ਉੱਪਰੋਂ ਖਿੜਕੀ 'ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿੱਗੇ ਪਏ ਸੀ, ਦੋ ਗੱਡੀਆਂ ਸੀਗੀਆਂ, ਅਤੇ ਅਸੀਂ ਦੌੜ ਕੇ ਮੈਂ ਫਟਾਫਟ ਥੱਲੇ ਉੱਤਰ ਕੇ ਆਇਆ ਅਤੇ ਆ ਕੇ ਦੇਖਿਆ ਅਤੇ ਇੱਕ ਲੇਡੀ ਸੀਗੀ, ਦੋ ਜੈਂਟਸ ਸੀਗੇ, ਇੱਕ ਲੜਕਾ ਸੀਗਾ 20 ਸਾਲ ਦਾ, ਇੱਕ ਬੰਦਾ ਹੋਰ ਸੀਗਾ, ਅਤੇ ਬਹੁਤ ਬੁਰੀ ਤਰ੍ਹਾਂ ਨਾਲ, ਮਤਲਬ ਉਹਨਾਂ ਦੇ ਖੂਨੋ ਖੂਨ ਹੋਏ ਪਏ ਸੀ, ਬੁਰਾ ਹਾਲ ਹੋਇਆ ਪਿਆ ਸੀ। ਅਤੇ ਇੱਥੇ ਵੱਜੇ ਆ ਜੀ ਆ ਕੇ, ਹੁਣ ਰੱਬ ਜਾਣਦਾ ਕਿ ਪਤਾ ਨਹੀਂ ਆਪਸ 'ਚ ਕਿੱਦਾਂ ਵੱਜੇ ਕਿਤੇ, ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ, ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ, ਉਹ ਅੱਗੇ ਆਪਸ ਦੇ ਵਿੱਚ ਵੱਜੇ ਆ, ਮੋਟਰਸਾਈਕਲ 'ਤੇ ਐਕਟਿਵਾ, ਮੋਟਰਸਾਈਕਲ 'ਤੇ ਐਕਟਿਵਾ ਵੱਜੇ ਆ। ਹਾਂਜੀ, ਜਿਹੜੇ ਮੋਟਰ ਆਪਣੇ ਐਕਟਿਵਾ 'ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ, ਅਤੇ ਉਹ ਆ 2 ਨੰਬਰ ਸਕੀਮ 438 ਨੰਬਰ ਕੋਠੀ 'ਚ ਰਹਿੰਦੇ, ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ, ਉਹ ਬਸ ਉਹ ਇੱਥੋਂ ਜਿਹੜਾ ਸ਼ਹਿਰ 'ਚ ਘੁੰਮਦੇ ਪਏ ਸੀ ਤਾਂ ਉਹ ਇੱਧਰੋਂ ਨਿਕਲੇ ਆ, ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਹੋਈ ਸੀ, ਕੋਈ ਨਸ਼ਾ ਕੀਤਾ ਹੋਇਆ ਸੀ ਉਹਨੇ, ਸਪੀਡ ਫਾਸਟ ਸੀ ਉਹਦੀ, ਉਹ ਆਪਸ 'ਚ ਵੱਜੇ ਤਾਂ ਐਕਸੀਡੈਂਟ ਹੋਇਆ ਹੈ। ਕਿੰਨੇ ਮੌਤਾਂ ਵੀ ਹੋਈਆਂ ਵਿੱਚ? ਮੌਤੇ 3 ਬੰਦੇ ਪੂਰੇ ਹੋ ਗਏ ਜੀ। ਕਿੰਨੇ ਕੁ ਵਜੇ ਦੀ ਗੱਲ ਹੈ? ਇਹ ਤਕਰੀਬਨ 8:15-8 ਵਜੇ ਦੀ ਗੱਲ ਹੈ ਜੀ। ਕਿੰਨੇ ਕੀ ਐਂਬੂਲੈਂਸ ਨੂੰ ਬਹੁਤ ਫੋਨ ਕੀਤਾ? ਬਹੁਤ ਜੀ, ਐਂਬੂਲੈਂਸ ਨੂੰ, ਇਸ ਕੰਟਰੋਲ ਰੂਮ ਨੂੰ ਫੋਨ ਕੀਤਾ, ਉਹਨਾਂ ਨੂੰ, ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ, ਚੱਕ ਕੇ ਲੈ ਗਏ, ਠੀਕ ਹੈ। ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਉਂਦੇ ਹਾਂ ਜਾਂ ਅਸੀਂ ਕੋਈ ਦੇਖਦੇ ਹਾਂ, ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ, ਤਾਂ ਕਿਸੇ ਨੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਉਹਨਾਂ ਦੀ, ਅਤੇ ਮਤਲਬ ਕਹਿ ਲਓ ਵੀ ਜੇ ਆਪਾਂ ਸ਼ਾਇਦ ਥੋੜ੍ਹਾ ਐਫਰਟ ਕਰਦੇ ਉਹ ਬਚ ਵੀ ਸਕਦੇ ਸੀ। ਕਿੰਨੇ ਕੁ ਵਜੇ ਦੀ ਰਾਤ ਗੱਲ ਹੈ? ਇਹ 8:15-8 ਵਜੇ ਦੇ ਵਿੱਚ ਹੋਇਆ ਜੀ। ਬੀਤੀ ਦੇਰ ਰਾਤ ਰਹੀਮਪੁਰ ਨਜ਼ਦੀਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਕਹਿੰਦੇ 2 ਮੌਤਾਂ ਹੋਈਆਂ, ਕੀ ਪੂਰਾ ਮੈਟਰ ਸੀਗਾ? ਇਹ ਕੱਲ੍ਹ ਸ਼ਾਮ 7:30-8 ਵਜੇ ਦੇ ਵਿਚਕਾਰ ਟੈਲੀਫੋਨ ਆਇਆ ਕਿ ਬਾਜਵਾ ਪੈਟਰੋਲ ਪੰਪ ਰਹੀਮਪੁਰ ਰੋਡ 'ਤੇ ਐਕਸੀਡੈਂਟ ਹੋਇਆ। ਅਸੀਂ ਮੌਕੇ 'ਤੇ ਪਹੁੰਚੇ, ਇੱਕ ਮੋਟਰਸਾਈਕਲ ਸਾਹਿਲ ਕੁਮਾਰ ਨਾਂ ਦਾ ਨੌਜਵਾਨ ਜਿਹੜਾ ਸੀ ਰਹੀਮਪੁਰ ਮੰਡੀ ਵੱਲੋਂ ਆ ਰਿਹਾ ਸੀ, ਅਤੇ ਮੂਹਰਿਓਂ ਸਕੀਨ ਨੰਬਰ 2 'ਚੋਂ ਇੱਕ ਬੇਟਾ ਅਤੇ ਉਹਨਾਂ ਦੀ ਮਾਤਾ ਐਕਟਿਵਾ 'ਤੇ ਆ ਰਿਹਾ ਸੀ। ਉਹ ਮੋਟਰਸਾਈਕਲ ਨੇ ਬਹੁਤ ਤੇਜ਼ੀ ਰਫ਼ਤਾਰ ਸੀ ਅਤੇ ਉਹ ਐਕਟਿਵਾ ਦੇ ਵਿੱਚ ਵੱਜਿਆ, ਜਿਹਦੇ ਨਾਲ ਦੋਨਾਂ ਦੇ ਬਹੁਤ ਹੀ ਸੱਟਾਂ ਲੱਗੀਆਂ ਦੋਨਾਂ ਤਰ੍ਹਾਂ ਦੇ, ਜਿਹਦੇ ਵਿੱਚ ਉਹ ਬੇਟਾ ਰੁਨੀ ਸ਼ਰਧਾਵਾ ਅਤੇ ਉਸਦੀ ਮਾਤਾ ਨਿਸ਼ਾ ਰਧਾਵਾ, ਉਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਭੇਜਿਆ ਜੀ
ਸ਼ਿਵਮ ਹਸਪਤਾਲ, ਅਤੇ ਉਹ ਜਿਹੜਾ ਸਾਹਿਲ ਸੀ ਉਹਨੂੰ ਸਿਵਲ ਹਸਪਤਾਲ ਭੇਜਿਆ। ਫਿਰ ਉਹ ਤੋਂ ਬਾਅਦ ਮੁੜ ਕੇ ਉਹਨਾਂ ਦੇ ਜਿਹੜੀ ਬਾਈਕ ਸੀ ਉਹ ਕਬਜ਼ੇ ਪੁਲਿਸ ਵਿੱਚ ਲੈ ਲਿਆ, ਅਤੇ ਫਿਰ ਹਸਪਤਾਲ ਪਹੁੰਚੇ। ਹਸਪਤਾਲ ਪਹੁੰਚ ਕੇ ਪਤਾ ਕਰਿਆ ਅਤੇ ਡਾਕਟਰਾਂ ਨੇ ਦੋਨਾਂ ਨੂੰ ਬਿਆਨ ਦੇਣ ਦੇ ਅਨਫਿਟ ਲਿਖਤਾ, ਅਤੇ ਜੋ ਬੇਟਾ ਸੀ ਬਹੁਤ ਇੱਥੇ ਸ਼ਿਵਮ ਹਸਪਤਾਲ ਦੇ ਵਿੱਚ ਹੀ ਡੈਥ ਹੋ ਗਈ, ਅਤੇ ਜਿਹੜੀ ਉਹਦੀ ਮਦਰ ਸੀ ਉਹਨੂੰ ਰੈਫਰ ਕਰ ਦਿੱਤਾ ਲੁਧਿਆਣੇ ਦਾ DMC ਦਾ, ਅਤੇ ਉਹਨਾਂ ਦੀ ਹੁਣ ਦੇਰ ਰਾਤ ਉਹਨਾਂ ਦੀ ਵੀ ਡੈਥ ਹੋ ਗਈ ਆ। ਉਹ ਵੀ ਉੱਥੇ ਕਲੈਕਟ ਕਰਕੇ ਆ ਰਹੇ ਨੇ ਪੁਲਿਸ ਮੁਲਾਜ਼ਮ ਆਪਣੇ, ਅਤੇ ਦੂਸਰਾ ਸਹਿਲ ਜਿਹੜਾ ਸੀ ਉਹਨੂੰ ਇੱਥੋਂ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਜੀ PGI ਦਾ। ਉਹਦੇ ਵੀ ਬਹੁਤ ਸੱਟਾਂ ਲੱਗੀਆਂ, ਲੱਤਾਂ ਫ੍ਰੈਕਚਰ ਹੋ ਗਈਆਂ। ਉਹ ਬੜੀ ਤੇਜ਼ੀ ਰਫਤਾਰ ਦੇ ਵਿੱਚ ਚਲਾਉਂਦਾ ਸੀ, ਅਤੇ ਜਿਹਨੇ ਇੰਜਰਡ ਦੋਨੇ ਤਰ੍ਹਾਂ ਹੋ ਗਏ ਆ ਜੀ। ਉਹਦੀ ਉਮਰ ਵੀ ਕੋਈ 21 ਸਾਲ ਦੀ ਹੈਗੀ ਆ। ਸਾਹਿਲ ਨਾਂ ਦਾ ਨੌਜਵਾਨ ਸੀਗਾ, ਆਪਣੇ ਪਿੰਡ ਪੋਰੀਨਾ ਦਾ ਜੀ। ਉਹ ਠੀਕ ਹੈ ਜੀ। ਇੱਕ ਜਿਹੜੇ ਮਾਪੇ ਦੱਸੇ ਜਾ ਰਹੇ ਕਿ ਉਹ ਨੌਜਵਾਨ ਜਿਹੜਾ ਵਿਦੇਸ਼ ਦੀ ਧਰਤੀ ਉੱਤੇ, ਹਾਂਜੀ ਹਾਂਜੀ, ਉਹ ਕੈਨੇਡਾ ਤੋਂ ਆਪਣੇ ਆਏ ਸੀ ਇੱਥੇ ਮਿਲਣ। ਉਹਦੇ ਮਾਮਾ ਜੀ ਰਹਿੰਦੇ ਨੇ ਇੱਥੇ ਸਕੀ ਨੰਬਰ 2 'ਚ, ਅਤੇ ਉਹਨਾਂ ਨੂੰ ਮਿਲਣ ਆਏ ਸੀ ਉਹ। ਉਹਨਾਂ ਨੂੰ ਮਿਲ ਕੇ ਸਾਰਾ ਪਰਿਵਾਰ ਖੜ੍ਹਾ ਸੀ, ਅਤੇ ਉਹ ਸਕੂਟਰ 'ਤੇ ਗੇੜਾ ਲਾਉਣ ਗਏ ਸੀ, ਅਤੇ ਹੁਣ ਹੀ ਨੇ ਉਹਨਾਂ ਨੂੰ ਉੱਥੇ ਪੈਟਰੋਲ ਪੰਪ 'ਤੇ ਘੇਰ ਲਿਆ ਜੀ ਉਹਨਾਂ ਦੀ। ਕਾਰਵਾਈ ਕੀਤੀ ਜਾ ਰਹੀ ਹਾਂ, ਪਰਚਾ ਦਰਜ ਕਰਕੇ ਦੋਨਾਂ ਦਾ। ਹਾਂਜੀ।